लूका अध्याय 21 ਉਸਨੇ ਅੱਖੀਆਂ ਚੁੱਕ ਕੇ ਧਨਵਾਨਾਂ ਨੂੰ ਆਪਣੇ ਚੰਦੇ ਖਜ਼ਾਨੇ ਵਿੱਚ ਪਾਉਂਦੇ ਦੇਖਿਆ ਔਰ ਉਸਨੇ ਇੱਕ ਗੰਗਾਲ ਵਿਧਵਾ ਨੂੰ ਦੋ ਦੰਬੜੀਆਂ ਉੱਥੇ ਪਾਉਂਦਿਆਂ ਵੇਖਿਆ ਤਾਂ ਉਹ ਸਾਖਿਆ ਮੈਂ ਤੁਹਾਨੂੰ ਸਾਥ ਆਖਦਾ ਪਰ ਇਸ ਗੰਗਾਲ ਵਿਧਵਾ ਨੇ ਉਹਨਾਂ ਸ਼ਬਦਾਂ ਨਾਲੋਂ ਬਹੁਤ ਪਾ ਦਿੱਤਾ ਹੈ ਕਿਉਂਕਿ ਉਹਨਾਂ ਸ਼ਬਦਾਂ ਨੇ ਆਪਣੇ ਵਾਫਰ ਮਾਲ ਤੋਂ ਕੁਝ দান ਪਾਇਆ ਪਰ ਇਹਨੇ ਆਪਣੇ ਥੜ ਵਿੱਚੋਂ ਸਾਰੀ ਪੂੰਜੀ ਜੋ ਇਹਦੀ ਸੀ ਪਾ ਦਿੱਤੀ। ਜਾਂ ਬਾਅਦ ਲੋਕ ਹੇਕਲ ਦੇ ਵਿਖੇ ਗੱਲਾਂ ਕਰਦੇ ਸਨ ਜੋ ਸੋਨੇ ਪੱਥਰਾ ਅਤੇ ਚੜਾਵਾਂ ਨਾਲ ਕਿਉਂ ਜੀ ਸਵਾਰੀ ਹੋਈ ਹੈ ਤਾਂ ਸਾਖਿਆ। ਭਈ ਇਹ ਚੀਜ਼ਾਂ ਜਿਹੜੀਆਂ ਤੁਸੀਂ ਵੇਖਦੇ ਹੋ ਉਹ ਦਿਨ ਆਉਣਗੇ ਜਿਨ੍ਹਾਂ ਵਿੱਚ ਇੱਥੇ ਪੱਥਰ ਉੱਤੇ ਪੱਥਰ ਨਾ ਛੱਡ ਜਾਵੇਗਾ ਜਿਹੜਾ ਡਿੱਗਾ ਨਾ ਜਾਵੇਗਾ। ਅਗੋਂ ਉਹਨਾਂ ਤੋਂ ਪੁੱਛਿਆ ਫਿਰ ਗੁਰੂ ਜੀ ਇਹ ਗੱਲਾਂ ਕਦ ਹੋਣਗੀਆਂ? ਅਤੇ ਉਸ ਸਮੇਂ ਦਾ ਕੀ ਲੱਛਣ ਹੈ ਜਾਂ ਇਹ ਗੱਲਾਂ ਹੋਣ ਲੱਗਣਗੀਆਂ ਤਾਂ ਉਹਨੇ ਆਖਿਆ ਚੌਕਸ ਰੋ ਭਈ ਤੁਸੀਂ ਕਿਤੇ ਪਲਾਵੇ ਵਿੱਚ ਨਾ ਪਾਓ ਕਿਉਂ ਜੋ ਮੇਰਾ ਨਾਮ ਤਾਰਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਉਹ ਹਾਂ ਅਤੇ ਉਹ ਵੇਲਾ ਨੇੜੇ ਹੈ ਉਹਨਾਂ ਦੇ ਮਗਰ ਨਾ ਲੱਗਣਾ ਪਰ ਜਦ ਤੁਸੀਂ ਲੜਾਈਆਂ ਅਤੇ ਹੱਲੇ ਗੁੱਲੇ ਦੀਆਂ ਖਬਰਾਂ ਸੁਣੋ ਤਾਂ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਪਹਿਲਾਂ ਹੋਣੀਆਂ ਹੀ ਹਨ ਪਰ ਅੰਤ ਹੋਵੇ ਨਹੀਂ ਕੌਮ ਕੌਮ ਹੁੰਤੇ ਅਤੇ ਪਾਤਸ਼ਾਹੀ ਪਾਛਾਈ ਹੋਤੇ ਚੜਾਈ ਕਰੇਗੀ ਅਤੇ ਵੱਡੇ ਪੁਚਾਲ ਅਰਥਾਥਾ ਕਾਲ ਅਤੇ ਮਰੀਆਂ ਪੈਣਗੀਆਂ ਅਤੇ ਭਿਆਨਕ ਚੀਜ਼ਾਂ ਔਰ ਵੱਡੀਆਂ ਨਿਸ਼ਾਨੀਆਂ ਆਕਾਸ਼ੋਂ ਪ੍ਰਗਟ ਹੋਣਗੀਆਂ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਲੋਕ ਤੁਹਾਡੇ ਉੱਤੇ ਹੱਥ ਪਾਉਣਗੇ ਅਤੇ ਤੁਹਾਨੂੰ ਸਤਾਉਣਗੇ ਔਰ ਸਮਾਜਾਂ ਅਤੇ ਕੈਦਖਾਨੇ ਵਿੱਚ ਫੜਵਾ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਰਾਜਿਆਂ ਔਰ ਹਾਕਮਾਂ ਦੇ ਸਾਹਮਣੇ ਲੈ ਜਾਣਗੇ ਇਹ ਤੁਹਾਡੇ ਉੱਤੇ ਗਵਾਹੀ ਦੇ ਲਈ ਬੀਤੇਗਾ ਇਸ ਲਈ ਆਪਣੇ ਮਨ ਵਿੱਚ ਪੱਕਠਾ ਰਾ ਛਡੋ ਪਈ ਅਸੀਂ ਉਤਰ ਦੇਣ ਲਈ ਪਹਿਲਾਂ ਤੋਂ ਚਿੰਤਾ ਨਾ ਕਰਾਂਗੇ ਕਿਉਂਕਿ ਮੈਂ ਤੁਹਾਨੂੰ ਇਹੋ ਜਿਹਾ ਮੂੰਹ ਅਤੇ ਬੁੱਧ ਦਿਆਂਗਾ ਜਿਹਦਾ ਤੁਹਾਡੇ ਸਾਰੇ ਵਿਰੋਧੀ ਸਾਹਮਣਾ ਜਾਂ ਖੰਡਣ ਨਾ ਕਰ ਸਕਣਗੇ ਅਤੇ ਮਾਪਿਓ ਔਰ ਭਾਈ ਔਰ ਸਾਥ ਔਰ ਮਿੱਤਰ ਵੀ ਤੁਹਾਨੂੰ ਫਰਵਾਉਣਗੇ ਅਤੇ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਮਰਵਾ ਦੇਣਗੇ ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਹੋਵੇਗਾ ਆਪਣੇ ਤਿਰਿਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ ਜਾਂ ਤੁਸੀਂ ਯਰੂਸ਼ਲਮ ਨੂੰ ਫੌਜਾਂ ਨਾਲ ਕਿਰਿਆ ਹੋਇਆ ਵੇਖੋ ਤਾਂ ਜਾਣੋ ਉਹਦਾ ਉਜੜਨਾ ਨੇੜੇ ਆ ਪਹੁੰਚਿਆ ਹੈ ਤਦ ਉਹ ਜਿਹੜੇ ਯੂਦੀਆ ਵਿੱਚ ਹੋਣ ਪਹਾੜਾਂ ਨੂੰ ਪਰਤ ਜਾਣ ਅਤੇ ਉਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿਕਲ ਜਾਣ ਤੇ ਜਿਹੜੇ ਖੇਤਾਂ ਵਿੱਚ ਹੋਣ ਉਹਦੇ ਅੰਦਰ ਨਾ ਵੜਨ ਕਿਉਂ ਜੋ ਇਹ ਵਟਾ ਲੈਣ ਦੇ ਦਿਨ ਹਨ ਇਸ ਲਈ ਜੋ ਸਭ ਲਿਖੀਆਂ ਹੋਈਆਂ ਗੱਲਾਂ ਪੂਰੀਆਂ ਹੋਣ ਹਮਸੂਸ ਉਹਨਾਂ ਉੱਤੇ ਜਿਹੜੀਆਂ ਉਹਨਾਂ ਦਿਨਾਂ ਵਿੱਚ ਗਰਭਵੰਤੀਆਂ ਅਤੇ ਦੁੱਧ ਚੰਗਾਉਣ ਵਾਲੀਆਂ ਹੋਣ ਕਿਉਂ ਜੋ ਧਰਤੀ ਉੱਤੇ ਵੱਡੀ ਤੰਗੀ ਅਤੇ ਇਸ ਪਰਜਾ ਉੱਤੇ ਕ੍ਰੋਧ ਹੋਵੇਗਾ ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਬੰਦੂਈ ਹੋ ਕੇ ਸਭ ਕੌਮਾਂ ਵਿੱਚ ਪਹੁੰਚਾਏ ਜਾਣਗੇ ਔਰ ਯਰੂਸ਼ਲੈਮ ਪਰੀਆਂ ਕੌਮਾਂ ਤੋਂ ਲਟੜਾਇਆ ਜਾਵੇਗਾ ਜਦ ਤੱਕ ਪਰੀਆਂ ਕੌਮਾਂ ਦੇ ਸਮੇਂ ਪੂਰੇ ਨਾ ਹੋਣ ਸੂਰਜ ਔਰ ਚੰਦ ਔਰ ਤਾਰਿਆਂ ਵਿੱਚ ਨਿਸ਼ਾਨੀਆਂ ਹੋਣਗੀਆਂ ਅਤੇ ਧਰਤੀ ਉੱਤੇ ਸਮੁੰਦਰ ਔਰ ਉਹਦੀਆਂ ਲਹਿਰਾਂ ਦੇ ਗਰਜਣੇ ਦੇ ਕਾਰਨ ਕੌਮਾਂ ਨੂੰ ਕਸ਼ਟ ਅਤੇ ਕਬਰਾਟ ਹੋਵੇਗੀ ਔਰ ਡਰ ਦੇ ਮਾਰੇ ਉਹਨਾਂ ਗੱਲਾਂ ਦੀ ਉਰੀਕ ਤੋਂ ਜੋ ਦੁਨੀਆ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਜੀ ਡੁੱਬ ਜਾਣਗੇ ਕਿਉਂ ਜੋ ਆਕਾਸ਼ ਦੀਆਂ ਸ਼ਕਤੀਆਂ ਹਿਲਾਇਆਂ ਜਾਣਗੀਆਂ ਤਦ ਮਨੁੱਖ ਦੇ ਪੁੱਤਰ ਨੂੰ ਸਮਰਥਾ ਅਤੇ ਵੱਡੇ ਤੇਜ ਨਾਲ ਬਦਲ ਉੱਤੇ ਆਉਂਦੇ ਵੇਖਣਗੇ ਜਾਂ ਇਹ ਗੱਲਾਂ ਹੁਣ ਲੱਗਣਗੀਆਂ ਤਾਂ ਤਹਾਂ ਵੇਖੋ ਅਚ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ ਉਸ ਨੇ ਉਹਨਾਂ ਨੂੰ ਇੱਕ ਦਿਸਤਾਨ ਦਿੱਤਾ ਭਈ ਹੰਜੀਰ ਦੇ ਬੂਟੇ ਨੂੰ ਅਤੇ ਸਾਰਿਆਂ ਰੁੱਖਾਂ ਨੂੰ ਵੇਖੋ ਜਦ ਉਹਨਾਂ ਦੇ ਪੱਤੇ ਨਿਕਲਦੇ ਹਨ ਤਾਂ ਤੁਸੀਂ ਵੇਖ ਕੇ ਆਪੇ ਜਾਣ ਲੈਂਦੇ ਹੋ ਜੋ ਹੁਣ ਗਰਮੀ ਦੀ ਰੁੱਤ ਨੇੜੇ ਹੈ ਇਸੇ ਤਰ੍ਹਾਂ ਨਾਲ ਜੇ ਤੁਸੀਂ ਵੇਖੋ ਭਈ ਇਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ਰ ਦਾ ਰਾਜ ਨੇੜੇ ਹੈ ਮੈਂ ਤੁਹਾਨੂੰ ਸੱਤ ਆਖਦਾ ਹਾਂ ਭਈ ਜਦ ਤੋੜੀ ਸਭ ਗੱਲਾਂ ਨਾ ਹੋ ਲੈਣ ਇਹ ਪੜੀ ਬੀਤ ਨਾ ਜਾਵੇਗੀ ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੇ ਨਾ ਟਲਣਗੇ ਖਬਰਦਾਰ ਰੋ ਵੀ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਭਾਈ ਵਾਂਗੂ ਤੁਹਾਡੇ ਉੱਤੇ ਅਚਾਨਕ ਆ ਪਵੇ ਕਿਉਂ ਜੋ ਉਹ ਸਾਰੀ ਧਰਤੀ ਦੀ ਸਭ ਨਾਲ ਰਹਿਣ ਵਾਲਿਆਂ ਉੱਤੇ ਆਵੇਗਾ ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਪਈ ਤੁਸੀਂ ਉਹਨਾਂ ਸਭ ਨਾਲ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜੇ ਰਹਿ ਸਕੋ ਉਹ ਦਿਨ ਨੂੰ ਹੇਕਲ ਵਿੱਚ ਉਪਦੇਸ਼ ਕਰਦਾ ਅਤੇ ਰਾਤ ਨੂੰ ਬਾਹਰ ਜਾ ਕੇ ਉਸ ਪਹਾੜ ਉੱਤੇ ਜਿਹੜਾ ਜ਼ੈਤੂਨ ਦਾ ਖਾ ਹੁੰਦਾ ਹੈ ਟਿਕਦਾ ਹੁੰਦਾ ਸੀ ਅਤੇ ਸਭ ਲੋਕ ਉਹਦੀ ਸੁਣਨ ਲਈ ਹੇਕਲ ਵਿੱਚ ਤੜਕੇ ਹੀ ਉਹਦੇ ਕੋਲ ਆਉਂਦੇ ਸਨ